ਦੋ ਜਣਿਆਂ ਨੇ ਇੱਕੋ ਦੁਕਾਨ ਤੋਂ ਇੱਕੋ ਤਰ੍ਹਾਂ ਦੇ ਗਲਾਸ ਲਿੱਤੇ ਅਤੇ ਕੀਮਤ ਵੀ ਇੱਕੋ ਹੀ ਦਿੱਤੀ। ਇੱਕ ਨੇ ਉਸ ਦੇ ਵਿੱਚ ਹਰ ਰੋਜ਼ ਦੁੱਧ ਪਾਇਆ, ਨਾਲ ਵਧੀਆ ਖਾਣਾ ਖਾਧਾ, ਕਸਰਤ ਕੀਤੀ ਅਤੇ ਉਹ ਬਹੁਤ ਹੀ ਸਿਹਤਮੰਦ ਰਹੇ। ਦੂਜੇ ਨੇ ਹਰ ਰੋਜ਼ ਗਲਾਸ ਦੇ ਵਿੱਚ ਪਈ ਸ਼ਰਾਬ ਪੈੱਗ ਬਣਾ ਬਣਾ ਕੇ ਬਿਨਾਂ ਨੰਗੇ ਰੋਜ਼ ਸ਼ਾਮ ਨੂੰ ਸ਼ਰਾਬ ਪੀਤੀ। ਸਮੇਂ ਦੇ ਨਾਲ ਉਹਨਾਂ ਦਾ ਲਿਵਰ ਖਰਾਬ ਹੋ ਗਿਆ ਅਤੇ ਉਹ ਬਹੁਤ ਬਿਮਾਰ ਪੈ ਗਏ। ਹੁਣ ਕਿਸਦਾ ਕਸੂਰ ਸੀ, ਇਸ ਗਲਾਸ ਦਾ, ਗਲਾਸ ਨੂੰ ਬਣਾਉਣ ਵਾਲੇ ਦਾ, ਜਾਂ ਉਸ ਇਨਸਾਨ ਦਾ ਜਿਸਨੇ ਇਹ ਫੈਸਲਾ ਕੀਤਾ ਕਿ ਉਹਦੇ ਵਿੱਚ ਦੁੱਧ ਪਾਉਣਾ ਹੈ ਜਾਂ ਸ਼ਰਾਬ? ਕਸੂਰ ਤਾਂ ਉਸ ਇਨਸਾਨ ਦਾ ਹੈ ਨਾ ਜਿਸਨੇ ਚੁਣਿਆ ਕਿ ਉਸ ਗਲਾਸ ਦੇ ਵਿੱਚ ਕੀ ਪਾ ਕੇ ਪੀਣਾ ਹੈ ਅਤੇ ਉਸ ਗਲਾਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਹੁਣ ਪਰਮਾਤਮਾ ਨੇ ਵੀ ਸਾਨੂੰ ਸਾਰਿਆਂ ਨੂੰ ਇਹ ਸਰੀਰ ਦੇਖ ਕੇ ਧਰਤੀ 'ਤੇ ਭੇਜਿਆ, ਜਿਨ੍ਹਾਂ ਨੇ ਤਾਂ ਜ਼ਿੰਦਗੀ ਦੇ ਰੰਗ ਮੰਚ ਦੇ ਵਿੱਚ ਮਜ਼ੇ ਲੈਣ ਵਾਸਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਵਾਸਾ ਕੀਤਾ, ਉਹ ਤਾਂ ਦੁੱਖ ਭੋਗਦੇ ਰਹੇ, ਅਤੇ ਜਿਨ੍ਹਾਂ ਨੇ ਇਸ ਨੂੰ ਗੁਰੂ ਦੇ ਸ਼ਬਦ ਨਾਲ ਭਰ ਲਿਆ, ਉਹਨਾਂ ਦੀ ਇਸ ਮਿਹਨਤ ਨੂੰ ਪਰਮਾਤਮਾ ਨੇ ਫਲ ਲਾਇਆ ਅਤੇ ਉਹ ਆਨੰਦਮਈ ਜੀਵਨ ਜਿਉਂਦੇ ਰਹੇ।